हाँ जी, जो पुलिस प्रशासन ने जो इतने राम सिंह राणा जी का जो काम रुकवाया सीगा तां वो काम नूं दुबारे इतने स्टार्ट करवाया। नंग सिंह जथेबंदियां पहुंचियां ने हमायत दे विच, तां बाबा जी मौजूद आ, गलबात करांगे। बाबा जी की गलबात हुई सी पुलिस प्रशासन ने इतने आके काम रुकवाया सी, तां तुसीं स्टैंड लिया के तां की गलबात पुलिस नाल हुई? वाहिगुरू जी का खालसा, वाहिगुरू जी की फतेह। ਜਿਹੜੇ ਇੱਥੇ ਆਪਣੇ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ, ਬਾਬਾ ਮਾਨ ਸਿੰਘ 96 ਕਰੋੜੀ, ਤਰਨਾ ਦਲ ਦੇ ਮੁਖੀ ਸਿੰਘ ਸਾਹਿਬ ਬਾਬਾ ਕੁਲਵਿੰਦਰ ਸਿੰਘ ਜੀ, ਚਮਕੌਰ ਸਾਹਿਬ ਵਾਲੇ ਉਹਨਾਂ ਵੱਲੋਂ ਬਾਬਾ ਕਿਰਪਾਲ ਸਿੰਘ ਜੀ ਸਿੰਘ ਸਾਹਿਬ, ਬਾਬਾ ਗੁਰਸੇਵ ਸਿੰਘ ਜੀ ਤਰਨਾ ਦਲ ਦੇ ਮੁਖੀ ਸਿੰਘ ਸਾਹਿਬ, ਬਾਬਾ ਧੀਰਾ ਸਿੰਘ ਜੀ ਤਰਨਾ ਦਲ ਦੇ ਮੁਖੀ ਸਿੰਘ ਸਾਹਿਬ, ਬਾਬਾ ਨਰਾਇਣ ਸਿੰਘ ਜੀ ਤਰਨਾ ਦਲ ਦੇ ਮੁਖੀ ਸਿੰਘ ਸਾਹਿਬ, ਬਾਬਾ ਚੜ੍ਹ ਸਿੰਘ ਯਰਮਾ ਕਰਮਾ ਤਰਨਾ ਦਲ ਦੇ ਮੁਖੀ, ਅਤੇ ਬੁੱਢਾ ਦਲ ਦੇ ਕਰਨਾਬਾਦ ਦੇ ਕਿਸਮਤ ਸਾਹਿਬ ਆਪਣੇ ਬਾਬਾ ਈਸਰ ਸਿੰਘ ਜੀ, ਉਹ ਵੀ ਸਾਡੇ ਨਾਲ ਮੌਜੂਦ ਨੇ, ਅਤੇ ਹੋਰ ਸਾਰੇ ਨਿਹੰਗ ਸਿੰਘ ਫੌਜ ਇੱਥੇ ਮੌਜੂਦ ਆ। ਪਰਸੋਂ ਤੋਂ ਜੋ ਪੁਲਿਸ ਨੇ ਇੱਥੇ ਰੋਕਿਆ ਸੀਗਾ ਆ ਕੇ, ਵੀ ਇੱਥੇ ਜਿਹੜੀ ਰਾਣਾ ਜੀਆਂ ਦੀ ਇਹ ਗੋਲਡਨ ਹੱਕ ਆ, ਇਹ ਨਜਾਇਜ਼ ਉਸਾਰੀ ਕਰ ਰਹੇ ਨੇ। ਨਜਾਇਜ਼ ਉਸਾਰੀ ਦੇਖੋ ਤਾਂ ਹੁੰਦੀ ਹੈ ਜੇ ਕਿਸੇ 'ਤੇ ਕਬਜ਼ਾ ਗਲਤ ਕਰਿਆ ਹੋਵੇ, ਜਾਂ ਸਰਕਾਰੀ ਪ੍ਰੋਪਰਟੀ 'ਤੇ ਇਹ ਕੋਈ ਚੀਜ਼ ਬਣਾ ਰਹੇ ਹੋਣ, ਜਾਂ ਕਿਸੇ ਨਾਲ ਰੌਲਾ ਹੋਵੇ। ਇਹਨਾਂ ਦੀ ਆਪਣੀ ਨਿੱਜੀ ਆ, ਇਹਨਾਂ ਦੀ ਰਿਕਵਰੀ ਵਾਲੀ ਇਹ ਜਗ੍ਹਾ ਹੈਗੀ, ਕੁਛ ਮਰਜ਼ੀ ਬਣਾ ਸਕਦੇ ਨੇ। ਅਤੇ ਗੌਰਮੈਂਟ ਦਾ ਕੋਈ ਢਿੱਡ ਦੁੱਖਦਾ, ਜਿਹੜਾ ਆਪਣੇ ਘਰੇ ਜਿਹੜਾ ਕੁਛ ਮਰਜ਼ੀ ਬਣਾ, ਚਵਾਰਾ ਬਣਾਵੇ, ਕੋਈ ਦੁਕਾਨ ਬਣਾਵੇ, ਉਹ ਤਾਂ ਉਹ ਅਗਲੇ ਦੀ ਮਰਜ਼ੀ ਹੈ ਨਾ। ਇਹਦਾ ਸਿਰਫ ਨਜਾਇਜ਼ ਤੰਗ ਪਰੇਸ਼ਾਨ ਹੈ, ਤਾਂ ਕੀਤਾ ਜਾਂਦਾ ਰਾਮ ਸਿੰਘ ਰਾਣੇ ਨੂੰ ਕਿ ਇਹਨਾਂ ਨੇ ਜਦ ਦਾ ਮੋਰਚਾ ਲੱਗਿਆ ਉਸ ਤੋਂ ਥੋੜ੍ਹੇ ਸਮੇਂ ਬਾਅਦ ਹੀ ਸੇਵਾ ਸ਼ੁਰੂ ਕਰਤੀ। ਜਿਹੜੇ ਆਪਣੇ ਹੋਟਲ ਸੀਗਾ, ਇਹ ਜਿਹੜਾ ਗੋਲਡਨ ਟੈਂਪਲ ਹੋਟਲ ਆ, ਇਹ ਗੋਲਡਨ ਹੱਟ, ਇਹ ਸਾਰੇ ਜਿੰਨੇ ਕਮਰੇ ਨੇ ਕਿਸਾਨਾਂ ਵਾਸਤੇ ਖੁੱਲ੍ਹਦੇ, ਵੀ ਇੱਥੇ ਰਹੋ, ਅਤੇ ਲੰਗਰ ਲਾਉਂਦਾ ਵੀ, ਇੱਥੇ ਪ੍ਰਸ਼ਾਦਾ ਪਾਣੀ ਦਾ ਵੀ ਇੰਤਜ਼ਾਮ ਕਰਦਾ, ਰਹਿਸ ਦਾ ਵੀ ਕਰਦਾ। ਉਸ ਤੋਂ ਬਾਅਦ ਫਿਰ ਇਹਨਾਂ ਨੇ ਵੱਡੀ ਸੇਵਾ ਕਰੀ ਦੁੱਧ ਦੀ, ਆਟੇ ਦੀ ਸੇਵਾ ਇੱਥੋਂ ਨਿੱਤ ਜਾਂਦੀ ਆ, ਅਤੇ ਨਿੱਤੀ ਜਲ ਦੀ ਸੇਵਾ ਜਾਂਦੀ ਆ, ਕਿੱਡੀ ਵੱਡੀ ਸੇਵਾ। ਅਤੇ ਇਹਨਾਂ ਨੇ ਆਪਦੀ ਅਰਪਿਤ ਹੋ ਗਏ, ਅਤੇ ਜਿਹੜੀ ਗੌਰਮੈਂਟ ਆ ਉਹ ਨਹੀਂ ਚਾਹੁੰਦੀ ਵੀ ਇਹ ਕਿਸਾਨਾਂ ਦੀ ਸੇਵਾ ਕਰਨ, ਇਸ ਕਰਕੇ ਇਹਨਾਂ ਨੂੰ ਰੋਕਣ ਵਾਸਤੇ ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ ਬਣਾਏ ਜਾ ਰਹੇ ਨੇ। ਕਦੇ ਇਹਨਾਂ ਦੇ ਗੱਡੀਆਂ ਵਾਲਿਆਂ ਨੂੰ ਘੇਰ ਕੇ ਦਬਕੇ ਮਾਰਦੇ ਨੇ ਇਹ ਜਿਹੜੀਆਂ ਸੇਵਾ 'ਤੇ ਜਾਂਦੀਆਂ ਨੇ, ਕਦੇ ਇਹਨਾਂ ਦਾ ਕੰਮ ਰੁਕਵਾਇਆ ਜਾਂਦਾ ਵੀ ਇਹ ਨਜਾਇਜ਼ ਕੰਮ ਹੋ ਰਿਹਾ, ਇਹ ਕੋਈ ਨਜਾਇਜ਼ ਕੰਮ ਨਹੀਂ ਹੈਗਾ। ਪਰਸੋਂ ਜਦੋਂ ਇੱਥੇ ਅਸੀਂ ਆਏ, ਪੁਲਿਸ ਵੀ ਆਈ ਇੱਥੇ, ਜਿਹੜਾ SHO ਸੀ ਆ ਮੇਰੇ ਥਾਣੇ ਦਾ, ਬੁਨਮ ਜਿਹੜਾ ਪਿੰਡ ਉੱਥੇ ਦਾ ਆਇਆ ਸੀਗਾ, ਉਹ ਕਹਿੰਦਾ ਸੀ ਇਹ ਰੋਕੇ ਨਜਾਇਜ਼ ਤੁਸੀਂ, ਮੈਂ ਕਿਹਾ ਨਜਾਇਜ਼ ਤਾਂ ਇਹ, ਤੁਸੀਂ ਕੋਰਟ ਦਾ ਆਰਡਰ ਦਿਖਾਓ, ਕੋਰਟ ਦੇ ਆਰਡਰ ਦਿਖਾਓ ਰੁਕਾਉਣ ਦੇ, ਪੁਲਿਸ ਨਹੀਂ ਰੋਕ ਸਕਦੀ ਕੰਮ ਨੂੰ, ਕੋਰਟ ਰੋਕ ਸਕਦਾ। ਉਹਨਾਂ ਕੋਲ ਕੋਈ ਕੋਰਟ ਦੇ ਆਰਡਰ ਨਹੀਂ ਸੀਗੇ, ਨਾ ਉਹਨਾਂ ਦੇ ਕੋਲ DC ਦੇ, ਫਿਰ ਅਸੀਂ DC ਦੇ ਕਿਹਾ, ਨਾ SSP ਦੇ, ਕਿਸੇ ਦੇ ਤਾਂ ਹੋਣਾ ਜੀ, ਗਿੱਦੜ ਚਿੱਠੀ ਲਈ ਫਿਰਦੇ ਤੇ, ਉਹਦੇ 'ਤੇ ਕੁਛ ਨਹੀਂ ਸੀ ਲਿਖਿਆ, ਸਿਰਫ ਸ਼ਿਕਾਇਤ ਸੀਗੀ। ਇਸ ਕਰਕੇ ਨਜਾਇਜ਼ ਪੁਲਿਸ ਵਾਲੇ ਤੰਗ ਕਰਦੇ ਸੀਗੇ, ਅਤੇ ਉਹ ਇੱਥੋਂ ਆਪ ਹੀ ਚਲੇ ਗਏ ਜਦੋਂ ਉਹਨਾਂ ਦੇ ਕੁਛ ਪੱਲੇ ਨਾ ਪਿਆ ਵੀ ਹੁਣ ਸਾਡੀ ਇੱਥੇ ਚੱਲਦੀ ਨਹੀਂ। ਅਤੇ ਇਸ ਕਰਕੇ ਇਹ ਸਾਰਾ ਕੰਮ ਤੁਸੀਂ ਦੇਖ ਸਕਦੇ ਹੋ, ਸਾਰਾ ਕੰਮ ਨਿਹੰਗ ਸਿੰਘ ਜਥੇਬੰਦੀਆਂ ਨੇ ਇੱਥੇ ਬੈਠ ਕੇ ਸੰਪੂਰਨ ਕਰਾਇਆ, ਮੁਕੰਮਲ ਕਰਤਾ, ਇਹ ਕੰਮ ਹੋ ਗਿਆ, ਪੂਰ ਚੜ੍ਹ ਗਿਆ। ਅਸੀਂ ਸਾਰੀਆਂ ਸੰਗਤਾਂ ਨੂੰ, ਪੰਜਾਬ ਦੀਆਂ ਨੂੰ, ਭਾਰਤ ਦੀਆਂ ਨੂੰ, ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਵੀ ਜੋ ਵੀ ਅਸੀਂ ਨੇ ਨਿਹੰਗ ਸਿੰਘ ਫੌਜਾਂ ਨੇ ਸਾਨੂੰ ਸੇਵਾ ਸੌਂਪੀ ਗਈ ਸੀ ਆਪਣੇ ਕਿਸਾਨਾਂ ਵੱਲੋਂ ਵੀ, ਅਤੇ ਰਾਣਾ ਜੀ ਵੱਲੋਂ ਬੇਨਤੀ ਹੋਈ ਸੀਗੀ, ਅਤੇ ਅਸੀਂ ਜਿਹੜਾ ਆਪਣਾ ਫਰਜ਼ ਉਹ ਅਦਾ ਕਰਤਾ, ਇਹਨਾਂ ਦਾ ਜਿਹੜਾ ਕੰਮ ਸੀ ਉਹ ਮੁਕੰਮਲ ਹੋ ਗਿਆ, ਵਿਚਾਲ ਨਹੀਂ ਰਿਹਾ ਜੀ, ਹੱਥ ਪਾਇਆ ਫੌਜਾਂ ਨੇ ਤਾਂ ਕੰਮ ਮੁਕੰਮਲ ਹੋ ਗਿਆ ਜੀ। ਇਸ ਕਰਕੇ ਇਹ ਸਾਰੀਆਂ ਫੌਜਾਂ ਨੇ ਜਿਹੜੀਆਂ ਤਿਆਰ ਪ੍ਰਤਿਆਰ ਨੇ, ਜਦੋਂ ਵੀ ਕਿਤੇ ਕਿਸਾਨਾਂ ਦੇ ਉੱਤੇ ਕੋਈ ਸੰਕਟ ਆਉਂਦਾ ਜਾਂ ਕਿਸਾਨਾਂ ਨੂੰ ਕੋਈ RSS ਜਾਂ BJP ਦੇ ਕਿਤੇ ਵੀ ਤੰਗ ਕਰਦੇ ਨੇ, ਉਦੋਂ ਫਿਰ ਜਿਹੜੀ ਨਿਹੰਗ ਸਿੰਘ ਫੌਜਾਂ ਸੀ ਉਹਨਾਂ ਨੇ ਸੇਵਾ ਪਾਸ 'ਚ ਹੀ ਬੈਠੇ ਹਾਂ, ਉਹਨਾਂ ਨੂੰ ਫਿਰ ਮੂੰਹ ਧੋਣ ਵਾਸਤੇ ਜਵਾਬ ਦੇਣੇ। ਜਦੋਂ 28-29 ਤਰੀਕ ਨੂੰ ਇੱਥੇ RSS ਜਨਵਰੀ ਨੂੰ ਆਈ ਚੜ੍ਹ ਕੇ, ਉਹਦਾ ਮੂੰਹ ਤੋੜਵਾਂ ਜਵਾਬ ਦਿੱਤਾ, ਮੁੜ ਕੇ ਇੱਧਰ ਮੂੰਹ ਨਹੀਂ ਕਰਿਆ। ਅਤੇ ਜੇ ਹੁਣ ਵੀ ਭੁਲੇਖਾ ਨਾ ਰਹੇ ਕਿਤੇ ਇਹਨਾਂ ਨੂੰ ਵੀ ਇੱਥੇ ਅਸੀਂ ਕਿਸਾਨਾਂ ਨੂੰ ਠਾਲ ਦੇਵਾਂਗੇ, ਹੱਥ ਕੰਡੇ ਤਰ੍ਹਾਂ ਤਰ੍ਹਾਂ ਦੇ ਜਿਹੜੀ ਸਰਕਾਰ ਆ, ਚਾਹੇ ਉਹ ਖੱਟਰ ਸਰਕਾਰ ਆ ਚਾਹੇ ਮੋਦੀ ਸਰਕਾਰ ਆ, ਅਸੀਂ ਸਰਕਾਰਾਂ ਨੂੰ ਵੀ ਚੇਤਾਵਨੀ ਦੇਣਾ ਚਾਹੁੰਦੇ, ਖਾਲਸਾ ਚੁੱਪ ਬੈਠਾ, ਇਹ ਤਾਂ ਅਸੀਂ ਸਾਨੂੰ ਬੰਨਿਆ ਹੋਇਆ ਕਿਸਾਨਾਂ ਕਿਸਾਨ ਮੋਰਚੇ ਨੇ, ਸੰਯੁਕਤ ਮੋਰਚੇ ਨੇ, ਸਾਡੇ ਹੱਥ ਬੰਨੇ ਹੋਏ ਨੇ, ਨਹੀਂ ਤਾਂ ਤੁਹਾਨੂੰ ਦਿਖਾ ਦਈਏ ਵੀ ਦਿੱਲੀ ਅਤੇ ਦਿੱਲੀ ਖਾਲਸੇ ਨੇ ਜਿਹੀ ਜਿਹੀ ਦਿੱਲੀ ਮਾਰ ਲਈ, ਜੈਸੀ ਬਿੱਲੀ ਮਾਰ ਲਈ, ਕੋਈ ਬਹੁਤਾ ਵੱਡੀ ਗੱਲ ਨਹੀਂ ਦਿੱਲੀ ਨੂੰ। 26 ਜਨਵਰੀ ਨੂੰ ਤੁਸੀਂ ਦੇਖਿਆ ਨਿਹੰਗ ਸਿੰਘ ਫੌਜਾਂ ਕਿਵੇਂ ਉੱਥੇ ਗਈਆਂ ਨੇ, ਬਾਬਾ ਮਾਨ ਸਿੰਘ ਦੀ ਗਵਾਹੀ ਦੇ ਵਿੱਚ ਸਾਰੇ ਦਲ ਪੰਥ, ਸਾਰੇ ਬਾਬਾ ਕੁਲਵਿੰਦਰ ਸਿੰਘ ਉਹਨੇ ਸਾਰੇ ਕਹੇ ਨੇ, ਉੱਥੇ ਘੋੜਿਆਂ 'ਤੇ ਸਵਾਰ ਹੋ ਕੇ ਲਾਲ ਕਿਲੇ ਦੇ ਉੱਤੇ ਜਾ ਕੇ ਬੈਠ ਗਏ ਸੀਗੇ। ਕਿੱਡੀ ਗੱਲ ਆ ਇਹ, ਹੁਣ ਵੀ ਅਸੀਂ ਤਿਆਰ ਪ੍ਰਤਿਆਰ ਇੱਕ ਵਾਰੀ ਜਿਹੜਾ ਸੰਯੁਕਤ ਮੋਰਚਾ ਹੁਕਮ ਦਾ ਕਰੇ, ਕਹੇ ਤਾਂ ਸਹੀ ਸਾਨੂੰ, ਅਸੀਂ ਹੁਣ ਵੀ ਜਾਣੂ ਤਿਆਰ ਹਾਂ, ਘੰਟਿਆਂ ਬੰਦੀ ਇਹ ਜਿਹੜਾ ਮੋਰਚਾ ਪੱਟ ਦਿਆਂਗੇ, ਪਰ ਅਸੀਂ ਸ਼ਾਂਤੀ ਦੇ ਵਿੱਚ ਹਾਂ। ਜਿਹੜੇ ਕਿਸਾਨ ਮੋਰਚਾ, ਜਿਹੜਾ ਸੰਯੁਕਤ ਮੋਰਚਾ ਜਿਵੇਂ ਸਾਨੂੰ ਉਹ ਹੁਕਮ ਕਰੂਗਾ, ਸਾਨੂੰ ਉਹ ਕਹਿਣਗੇ ਅਸੀਂ ਉਹਨਾਂ ਦੇ ਫੁੱਲ ਚੜ੍ਹਾ, ਪਹਿਲਾਂ ਵੀ ਅਸੀਂ ਉਹਨਾਂ ਦਾ ਕੋਈ ਜੋ ਵੀ ਉਹਨਾਂ ਨੇ ਪ੍ਰੋਗਰਾਮ ਦਿੱਤੇ ਉਹਦੇ ਨਾਲ ਅਸੀਂ ਸ਼ਾਂਤੀ ਦੇ ਵਿੱਚ ਬਹਿ ਕੇ, ਅਸੀਂ ਆਪਦੇ ਵੱਲੋਂ ਕੋਈ ਨਾ ਪ੍ਰੋਗਰਾਮ ਦਿੱਤਾ ਨਾ ਅਸੀਂ ਦੇਣਾ, ਜੋ ਪ੍ਰੋਗਰਾਮ ਦੇਣਾ ਕਿਸਾਨ ਮੋਰਚੇ ਸੰਯੁਕਤ ਮੋਰਚੇ ਨੇ ਦੇਣਾ, ਅਸੀਂ ਤਾਂ ਉਹਦੇ ਉੱਤੇ ਪਹਿਰਾ ਦੇਣਾ ਸੀ, ਉਹ 'ਤੇ ਫੁੱਲ ਚੜਾਉਣੇ ਜੀ। ਇਸ ਕਰਕੇ ਸੰਗਤਾਂ ਨੂੰ ਬੇਨਤੀ ਹੈ ਕਿ
आओ अपनी आर पार की लड़ाई आ घर बह के नहीं ऐसे मोर्चे पहुँचो ता कि जिहड़े सरकार ने उन्होंने हलूणा देिए उन्होंने जगाइए जिहड़े ये तीन कानून साढ़े उत्ते जा लागू किए ने धक्के रद्द करा के आप घर जाइए एक कल्ले कानून रद्द कराने तक लड़ाई नहीं इस खत्म हो जानी ये लंबी लड़ाई पैनी करनी पैनी क्योंकि वह कहें चोर ना मारो चोर की मार माँ मारो जे असी एक अज कानून रद्द हो जाते हैं कल मोदी सरकार होर कौन लिया दूगी यदा मतलब भी असं इत बैठे रहीए फिर दोबारे सू सड़क आना पेगा नहीं सानू बीजेपी जी सरकार आ ये सरकार ने खत्म करनिया पैनिया ने बदलिया पैनिया ने सानू अपने लोगों की सरकार बनाने पे फिर गल बन इस करके सारिया संगत सारा इतने पहुँच के हाजियां लगाओ।